ਨੂੰਹ ਪੁੱਤ ਦੀ ਮੌਤ ਤੋਂ ਬਾਅਦ 3 ਸਾਲਾ ਪੋਤੀ ਨੂੰ ਪਾਲਣ ਲਈ ਹੁਣ ਬਜ਼ੁਰਗ ਦਾਦਾ ਅਸਮਰਥ ਨਜ਼ਰ ਆ ਰਿਹਾ ਹੈ। ਬਜ਼ੁਰਗ ਦਾਦੇ ਨੇ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ। ਜਾਣਕਾਰੀ ਦਿੰਦਿਆਂ ਬਜ਼ੁਰਗ ਜਸਵੰਤ ਸਿੰਘ ਵਾਸੀ ਪਿੰਡ ਮੁਬਾਰਕਪੁਰ ਨੇ ਦੱਸਿਆ ਕਿ ਉਸਦੇ ਪੁੱਤਰ ਮਲਕੀਤ ਸਿੰਘ ਦੇ ਘਰ 3 ਸਾਲ ਪਹਿਲਾਂ ਪ੍ਰਭਜੋਤ ਕੌਰ ਨੇ ਜਨਮ ਲਿਆ ਸੀ। ਜਨਮ ਦੇ 11 ਦਿਨ ਬਾਅਦ ਹੀ ਉਸਦੀ ਮਾਂ ਜਹਾਨੋਂ ਤੁਰ ਗਈ। ਦਾਦਾ ਦਿਹਾੜੀ ਕਰਦਾ ਸੀ ਤੇ ਬੱਚੀ ਦਾ ਪਿਓ ਟਰੱਕ ਚਲਾਉਂਦਾ ਸੀ। ਜਸਵੰਤ ਸਿੰਘ ਮੁਤਾਬਕ 2 ਸਾਲ ਪਹਿਲਾਂ ਉਸਦਾ ਪੁੱਤਰ ਮਲਕੀਤ ਸਿੰਘ ਦਿੱਲੀ ਟਰੱਕ ਲੈ ਕੇ ਗਿਆ ਜਿੱਥੇ ਉਸਦੀ ਲਾਸ਼ ਲਟਕਦੀ ਮਿਲੀ। ਪੁੱਤਰ ਦੀ ਮੌਤ ਦਾ ਰਾਜ ਅੱਜ ਵੀ ਬਰਕਰਾਰ ਹੈ। ਜਸਵੰਤ ਸਿੰਘ ਮੁਤਾਬਕ ਉਸਦੇ ਪੁੱਤਰ ਨੂੰ ਕਿਸੇ ਨੇ ਮਾਰ ਕੇ ਟਰੱਕ ਵਿੱਚ ਲਮਕਾ ਦਿੱਤਾ ਸੀ, ਜਦਕਿ ਦਿੱਲੀ ਪੁਲਿਸ ਇਸ ਨੂੰ ਖੁਦਕੁਸ਼ੀ ਦੱਸ ਰਹੀ ਹੈ। ਬਜ਼ੁਰਗ ਦਾਦਾ ਦਾਦੀ ਨੇ ਕਿਹਾ ਕਿ ਉਹ ਆਪਣੇ ਪੁੱਤਰ ਦੀ ਆਖਰੀ ਨਿਸ਼ਾਨੀ ਤੋਂ ਆਪਣੇ ਤੋਂ ਦੂਰ ਨਹੀਂ ਕਰ ਸਕਦੇ, ਇਸ ਲਈ ਉਹਨਾਂ ਨੇ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ 3 ਸਾਲਾ ਬੱਚੀ ਦੇ ਭਵਿੱਖ ਨੂੰ ਲੈ ਕੇ ਉਹਨਾਂ ਦੀ ਮਦਦ ਕੀਤੀ ਜਾਵੇ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜਸਵੰਤ ਸਿੰਘ ਹੈ ਜੀ। ਕਿੱਥੇ ਰਹਿੰਦੇ ਹੋ? ਮੁਬਾਰਕਪੁਰ, ਮੀਰਪੁਰ ਮੁਬਾਰਕਪੁਰ। ਇਹ ਜਿਹੜੀ ਤੁਸੀਂ ਫੋਟੋ ਚੱਕੀ ਹੈ, ਹਾਂਜੀ, ਇਹ ਕਿਹਦੀ ਫੋਟੋ ਹੈ? ਇੱਕ ਮੇਰੇ ਬੇਟੇ ਕੀ ਹੈ ਜੀ, ਇੱਕ ਮੇਰੀ ਨੂੰਹ ਦੀ। ਕਿਆ ਹੋਇਆ ਸੀ ਇਹਨਾਂ ਨੂੰ? ਇਹਨਾਂ ਨੂੰ ਜੀ, ਇਹ ਤੋਂ ਜੀ ਲੜਕੀ ਹੋਈ ਤੀ ਉਹ ਜੀ ਮਾਂ ਜੀ, ਉਸਕੀ ਹਫ਼ਤੇ ਪਿੱਛੇ ਜੀ ਉਹ ਇੰਜੈਕਸ਼ਨ ਹੋ ਗਿਆ ਤਾਂ ਪੂਰੀ ਹੋ ਗਈ ਸੀ ਜੀ। ਇਹ ਮੇਰਾ ਬੇਟਾ ਦਿੱਲੀ ਗਿਆ ਤਾਂ ਗੱਡੀ ਲੈ ਕੇ, ਇਹ ਕਿਸੇ ਨੇ ਜੀ ਮਾਰ ਕੇ ਗੱਡੀ 'ਚ ਟੰਗ ਦਾ। ਕਦੋਂ ਦੀ ਗੱਲ ਹੈ ਇਹ ਜੀ? ਕੋਈ 7 ਤਰੀਕ 10ਵਾਂ ਮਹੀਨਾ 2019। ਅਤੇ ਉਸ ਤੋਂ ਬਾਅਦ? ਉਸ ਤੋਂ ਬਾਅਦ ਕੁਛ ਨਹੀਂ ਹੈ ਜੀ, ਬਸ ਆਪਣਾ ਬੈਠੇ ਜੀ ਆਪਣਾ। ਮੈਂ ਹਾਰਟ ਦਾ ਮਰੀਜ਼ ਹਾਂ, ਮੇਰੇ ਪਾ ਖਰਚਾ ਚੱਕਿਆ ਜਾਂਦਾ ਹੈਗਾ। ਬੇਟਾ ਇੱਕ ਆ ਜੀ, ਉਸ ਉਹ ਵੀ ਡਰਾਈਵਰ ਹੈ। ਅਤੇ ਹੁਣ ਕਿੰਨੇ ਮੈਂਬਰ ਹੈ ਤੁਹਾਡੇ ਘਰ 'ਚ? ਹੁਣ ਜੀ ਮੈਂਬਰ ਮੇਰੇ ਤਾਂ ਘਰ 'ਚ ਜੀ 6 ਮੈਂਬਰ, 8 ਆ ਜੀ ਇਸ ਤੋਂ ਬਗੈਰ ਸੁਣਾ ਸਾਰੇ। ਉਹਨਾਂ ਦੇ ਮਾਂ ਬਾਪ ਦੋਨੋਂ ਹੀ ਨਹੀਂ ਰਹੇ, ਫਿਰ ਇਹਦਾ ਕਿੱਦਾਂ ਗੁਜ਼ਾਰਾ ਕਰ ਰਹੇ ਤੁਸੀਂ? ਇਸ ਤਰ੍ਹਾਂ ਗੁਜ਼ਾਰਾ ਕਰ ਰਹੇ ਹਾਂ ਜੀ, ਬੇਟਾ ਲੈਂਦਾ ਜੋ ਕੁਛ ਵੀ ਆ ਜੀ ਆਪਣਾ, ਹੌਲੀ ਹੌਲੀ ਹੁੰਦਾ ਨਹੀਂ ਗੁਜ਼ਾਰਾ। ਦਵਾਈ ਬੂਟੀ ਚੁੱਕੇ ਵੀ ਪੈਸੇ ਨਹੀਂ ਆਏ ਮੇਰੇ ਵਿੱਚ, ਹੁਣ ਇਹ ਬਿਮਾਰ ਰਹਾ, ਦਵਾਈ ਬੂਟੀ ਚੁੱਕੇ ਵੀ ਪੈਸੇ ਹੁੰਦੇ ਟਾਈਮ ਪਰ। ਕੋਈ ਸਰਕਾਰੀ ਮਦਦ ਮਿਲਦੀ ਤੁਹਾਨੂੰ? ਕੋਈ ਮਦਦ ਨਹੀਂ ਹੈਗੀ ਜੀ, ਇੱਕ ਕਣਕ ਮਿਲਦੀ ਆ 2 ਰੁਪਏ ਕਿਲੋ ਵਾਲੀ, ਬਾਕੀ ਹੋਰ ਕੋਈ ਮਦਦ ਨਹੀਂ ਹੈਗੀ। ਕੋਈ ਸਕੀਮ ਦਾ ਪੈਸਾ ਅੱਜ ਤੱਕ ਕੋਈ ਕੋਈ ਨਹੀਂ ਮਿਲਿਆ ਜੀ? ਕਿਆ ਚਾਹੁੰਦੇ ਕਿਆ ਤੁਸੀਂ? ਮੈਂ ਚਾਹੁੰਦਾ ਜੀ ਮੈਨੂੰ ਗੌਰਮੈਂਟ ਮਦਦ ਕਰੇ, ਮੇਰੀ ਬੇਟੀ ਕੀ ਪੋਤੀ ਕੋਈ ਨਾ ਕੁਛ, ਮੈਂ ਵੀ ਹਾਰਟ ਦਾ ਮਰੀਜ਼ ਹਾਂ, ਮੇਰੀ ਵੀ ਦਵਾਈ ਬੂਟੀ ਦਾ ਕੋਈ ਜਗਾੜਾ ਠੀਕ ਹੈ। ਪਹਿਲਾਂ ਮੈਂ ਘੱਗਰ 'ਚ ਕੰਮ ਕਰਦਾ ਸੀ, ਹੁਣ ਘੱਗਰ ਬੰਦ ਹੋ ਗਿਆ, ਹੁਣ ਨਾ ਮੇਰੇ ਕੋਲ ਕੰਮ ਹੁੰਦਾ ਜੀ। ਇਹ ਜਿਹੜਾ ਤੁਹਾਡਾ ਮੁੰਡਾ ਸੀ ਜੀ, ਇਹਨੂੰ ਕਿਆ ਹੋਇਆ ਕਿਆ ਸੀ ਇਹਨੂੰ? ਇਹ ਦਿੱਲੀ ਗਿਆ ਤਾ ਜੀ ਗੱਡੀ ਲੈ ਕੇ, ਸਾਨੂੰ ਤਾਂ ਇਹੀ ਪਤਾ ਲੱਗਿਆ ਵੀ ਉਹ ਉਸਦੀ ਡੈਥ ਹੋ ਗਈ। ਕਿੱਦਾਂ ਹੋਈ ਸੀ ਗੱਡੀ 'ਚ? ਕਿੱਦਾਂ ਗੱਡੀ 'ਚ ਜੀ ਮਾਰ ਕੇ ਨਾ ਟੰਗਦਾ ਬੱਤੇ ਨਾਲ। ਕਿੰਨੇ ਸਾਲ ਦਾ ਸੀ ਇਹ ਜੀ? 28 ਸਾਲ 2 ਮਹੀਨੇ ਕਰਿਆ ਜੀ ਉਹ। ਪਹਿਲਾਂ ਇਸ ਬੱਚੀ ਦੀ ਮਾਤਾ ਦੀ ਡੈਥ ਹੋ ਗਈ ਜਦੋਂ ਇਹ ਦਾਦਾ ਜਨਮ ਹੋਇਆ, ਉਸ ਤੋਂ ਬਾਅਦ ਇਹਦੇ ਫਾਦਰ ਦੀ ਡੈਥ ਹੋ ਗਈ, ਉਹਨੇ ਤੁਸੀਂ ਉਹ ਪਾਲ ਰਹੇ ਨੂੰ? ਹਾਂ ਜੀ ਹਾਂ ਜੀ। ਉਹਨੂੰ ਗੁਜ਼ਾਰਾ ਕਰਨਾ ਔਖਾ ਹੋ ਗਿਆ? ਬਹੁਤ ਗੁਜ਼ਾਰਾ ਕਰਨਾ ਬਹੁਤ ਔਖਾ ਹੈ ਸਰ ਜੀ। ਕੋਈ ਕਾਰਡ ਨਹੀਂ ਬਣੇ, ਇੱਕ ਸਰਕਾਰੀ ਕਾਰਡ ਬਣਦਾ ਜਿਹਦੇ 'ਚ 5 ਲੱਖ ਰੁਪਏ ਦਾ ਫ੍ਰੀ ਇਲਾਜ? ਉਹ ਤਾਂ ਹੈ ਸਰ ਮੇਰੇ ਪਾ ਜੀ, ਉਹਦੇ 'ਤੇ ਇਲਾਜ ਹੁੰਦਾ ਫ੍ਰੀ? ਨਾ ਜੀ, ਗਿਆ ਤਾਂ ਮੈਂ ਉਹ ਕਹਾ ਜੀ, ਕੋਈ ਕਹਾ ਜੀ ਪਹਿਲਾਂ ਟੈਸਟ ਕਰਾ ਕੇ ਲਿਆਓ, ਉਸ ਤੋਂ ਬਾਅਦ ਫਿਰ ਦੇਖਾਂਗੇ ਜੋ ਕੁਛ ਵੀ ਹੈ। ਕਿੱਥੇ ਗਏ ਸੀ? ਤੁਸੀਂ ਜੀਰਕਪੁਰ ਗਏ ਤੇ ਜੀ, ਅਤੇ ਇਲਾਜ ਨਹੀਂ ਹੋਇਆ? ਉਸ ਕਾਰਡ ਦਾ ਵੀ ਕੋਈ ਫਾਇਦਾ ਨਹੀਂ? ਕੋਈ ਫਾਇਦਾ ਨਹੀਂ ਹੋਇਆ ਕਾਰਡ ਦਾ ਉਸਦਾ। ਨਵੇਂ ਜੀ ਤੁਹਾਡਾ? ਜਗਿੰਦਰ ਕੌਰ। ਇਹ ਜਿਹੜੀ ਗੁੜੀਆ ਤੁਸੀਂ ਗੋਦ ਚੱਕੀ ਹੈ, ਇਹ ਕਿਆ ਲੱਗਦੀ ਹੈ ਤੁਹਾਡੀ? ਪੋਤੀ ਲਗਾ ਜੀ। ਪੋਤੀ ਹੈ, ਅਤੇ ਇਹਨੂੰ ਤੁਸੀਂ ਪਾਲ ਰਹੇ ਹੋ? ਹਾਂਜੀ। ਕਿੰਨੇ ਸਾਲ ਦੀ ਹੈ? 3 ਸਾਲ ਕੀ। ਅਤੇ ਇਹਦੀ ਮਦਰ ਨੂੰ ਕਿਆ ਹੋ ਗਿਆ ਸੀ? ਬਸ ਪਤਾ ਨਹੀਂ ਲੱਗਿਆ ਜੀ ਕਿਆ ਹੋਇਆ ਕਿਆ ਨਹੀਂ। ਅਤੇ ਮੁੰਡਾ ਇਹਦਾ, ਇਹਦਾ ਇਹਦੇ ਫਾਦਰ? ਉਹ ਤਾਂ ਪਹਿਲਾਂ ਸੰਗਾ ਗਿਆ ਤਾ ਦਿੱਲੀ ਨੂੰ, ਸੰਗਾ ਮੈਂ ਚਾਹ ਪੁੱਛੀ ਵੀ ਚਾਹ ਪੀਣੀ, ਕਹਿ ਰਿਹਾ ਨਾ ਮੰਮੀ ਚਾਹ ਨਹੀਂ ਮੈਂ ਪੀਣੀ। ਜਦੋਂ ਗਿਆ ਸੀ? ਹਾਂ। ਫਿਰ ਪਹਿਲਾਂ ਮੈਂ ਲੇਟ ਹੋ ਜਾਏਗਾ, ਤਾਂ ਮੈਂ 7 ਤਰੀਕ ਹੀ ਮੁੜਿਆ ਮੈਂਗਾ ਘਰ, ਮੈਂ ਲਾਂਡੇ ਜਾਣਾ ਵਿਆਹ ਸੌਂਕਾ, ਫਿਰ ਮੈਂ 2 ਵਜੇ ਲਾ ਦੇਗਾ ਵਿਆਹ ਸੌਂਕਾ। ਹੁਣ ਤੁਸੀਂ ਕਿਆ ਕਹਿੰਦੇ ਵੀ ਇਹਦੇ ਗੁਜ਼ਾਰੇ ਵਾਸਤੇ ਵੀ ਵੀ ਸਰਕਾਰੀ ਮਦਦ ਦੀ ਲੋੜ ਹੈ ਤੁਹਾਨੂੰ? ਡੇਰਾਬੱਸੀ ਤੋਂ ਗੁਰਮੀਤ ਸਿੰਘ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ।